ਭਾਈ ਜੀ ਇੱਕ ਜਾਣਾ ਜਿਹੜਾ ਮਰਜ਼ੀ ਕਿਸੇ ਨੇ ਕੁਝ ਪੁੱਛਣਾ ਇੱਕ ਜਾਣਾ ਬੋਲਿਓ ਬਸ ਹਾਂ ਮਾਤਾ ਜੀ ਅੱਜ ਮੋਰਚੇ ਦੇ ਵਿੱਚ ਪਹੁੰਚੇ ਹੋ ਤੁਸੀਂ ਲਗਾਤਾਰ ਸਿੱਧੂ ਦੇਣ ਲਈ ਵੀ ਇਨਸਾਫ ਮੰਗ ਰਹੇ ਹੋ ਅੱਜ ਕੌਮੀ ਇਨਸਾਫ ਮੋਰਚਾ ਦੇ ਵਿੱਚ ਪੰਥਕ ਮੁੱਦਿਆਂ ਨੂੰ ਲੈ ਕੇ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਇੱਥੇ ਪਹੁੰਚੇ ਸਾਰਾ ਨਗਰ ਲੈ ਕੇ ਕੀ ਕਹਿਣਾ ਚਾਹੋਗੇ ਬਸ ਇਹੀ ਕਹਿਣਾ ਚਾਹੂੰਗੀ ਵੀ ਕਿ ਇਹਨਾਂ ਲਈ ਕਾਨੂੰਨ ਵੱਖ ਕਿਉਂ ਨੇ ਇਹ ਡਬਲ ਡਬਲ ਸਜ਼ਾਵਾਂ ਭੁਗਤ ਚੁੱਕੇ ਨੇ ਇਹਨਾਂ ਨੂੰ ਵਿਚਾਰਿਆਂ ਨੂੰ ਕਿਉਂ ਨਹੀਂ ਰਿਹਾ ਕੀਤਾ ਜਾਂਦਾ ਮੈਂ ਇਹੀ ਉਹਨਾਂ ਨੂੰ ਕਾਨੂੰਨ ਨੂੰ ਸਰਕਾਰਾਂ ਨੂੰ ਇਹੀ ਬੇਨਤੀ ਕਰੂੰਗੀ ਵੀ ਕਿ ਇਹਨਾਂ ਨੂੰ ਛੇਤੀ ਤੋਂ ਛੇਤੀ ਰਿਹਾ ਕੀਤਾ ਜਾਵੇ ਚੱਲ ਗਿਆ ਮਤਾ ਸਾਡੇ ਪਿੰਡ ਵਿੱਚੋਂ ਤੁਹਾਡੇ ਪਿੰਡ ਦੇ ਵਿੱਚੋਂ ਕਾਫੀ ਸੰਗਤ ਲੈ ਕੇ ਆਏ ਹੋ ਕੌਣ ਕੌਣ ਆਏ ਨੇ ਨਾਲ ਤੁਸੀਂ ਸਾਰਾ ਨਗਰ ਹੀ ਆਇਆ ਪੰਚਾਇਤ ਤਰਫੋਂ ਸਾਰੇ ਨਗਰ ਤਰਫੋਂ ਹੀ ਅਸੀਂ ਆਉਂਦਾ ਕੰਮ ਹੁੰਦੀ ਰਹੀ ਮੋਰਚੀ ਹਾਂਜੀ ਅੱਜ ਆਇਓ ਜੀ ਤੁਸੀਂ ਫੇਰ ਵੀ ਆਓਗੇ ਮੋਰਚੀ ਹਾਂ ਪ੍ਰਮਾਤਮਾ ਜਿਵੇਂ ਉਹ ਖੈਰ ਰੋਜ਼ ਆਇਆ ਕਰਨਗੇ ਜਦੋਂ ਗੇੜਾ ਵੱਜਿਆ ਕਰੂ ਇਹ ਦੱਸੋ ਜੀ ਜਿਸ ਤਰੀਕੇ ਨਾਲ ਤੁਸੀਂ ਆਇਓ ਕੀ ਤੁਹਾਨੂੰ ਸਰਕਾਰ ਤੇ ਭਰੋਸਾ ਹੈਗਾ ਕਿ ਸਰਕਾਰ ਤੁਹਾਡੀਆਂ ਮੰਗਾਂ ਮੰਨੇਗੀ ਤੇ ਇਹਨਾਂ ਨੂੰ ਰਿਹਾ ਕੀਤਾ ਜਾਏਗਾ ਅਸ ਤਾਂ ਸਾਰਾ ਕੁਝ ਧਰਨੇ ਲਾ ਕੇ ਹੀ ਆਪਣੀਆਂ ਮੰਗਾਂ ਮਨਵਾਉਣਾ ਹੈ ਕੋਈ ਵੀ ਮੰਗ ਹੋਵੇ ਕਿਸਾਨੀ ਅੰਦੋਲਨ ਹੋਵੇ ਆਪਣਾ ਵਹਿਵਲ ਕਲਾਣਾ ਹੋਵੇ ਇਹ ਹੋਵੇ ਤੇ ਸਾਨੂੰ ਧਰਨੇ ਲਾ ਕੇ ਮੰਗਾਂ ਮਨਵਾਉਣੀਆਂ ਪੈਂਦੀਆਂ ਨੇ ਲੱਗਦਾ ਜੀ ਧਰਨੇ ਨਾਲ ਪਹਿਲਾਂ ਵੀ ਇਨਸਾਫ ਨਹੀਂ ਮਿਲੇਗਾ ਕਿੰਨੀ ਉਮੀਦ ਲੱਗਦੀ ਹੈ ਦੇਖੋ ਲੱਗਦਾ ਤਾਂ ਕੁਛ ਹੈ ਨਹੀਂ ਪਰ ਫਿਰ ਵੀ ਅਸੀਂ ਆਪਣੀ ਕੋਸ਼ਿਸ਼ ਜਾਰੀ ਰੱਖਾਂਗੇ ਕੁਝ ਮੰਗਾਂ ਪੰਜਾਬ ਸਰਕਾਰ ਨਾਲ ਸੰਬੰਧਿਤ ਰਹੇਗੀ ਪੰਜਾਬ ਸਰਕਾਰ ਦਾ ਭਰੋਸਾ ਲੱਗਦਾ ਜੀ ਤੁਹਾਨੂੰ ਬੰਦੀ ਸਿੰਘਾਂ ਦੀ ਰਿਹਾਈ ਜਿਹੜੀ ਹੋ ਜਾਊਗੀ ਕੁਛ ਨਹੀਂ ਕਹਿ ਸਕਦੇ ਕੁਝ ਕੁਝ ਪੋਲੀਟੀਕਲ ਪਾਰਟੀਆਂ ਵੀ ਮੁੱਦਾ ਚੁੱਕ ਰਹੀਆਂ ਨੇ ਜਿਵੇਂ ਕੱਲ ਅਕਾਲੀ ਦਲ ਨੇ ਵੀ ਚੁੱਕਿਆ ਕੁਝ ਹੋਰ ਵੀ ਚੁੱਕ ਰਹੇ ਤੁਹਾਨੂੰ ਉਹਨਾਂ ਬਾਰੇ ਕੀ ਕਹੋਗੇ ਜਿਸ ਤਰੀਕੇ ਨਾਲ ਪਾਰਟੀਆਂ ਨਾਲ ਆਪਣਾ ਕੋਈ ਲੈਣਾ ਦੇਣਾ ਨਹੀਂ ਠੀਕ ਹੈ ਤੇ ਇੱਥੇ ਸਾਡਾ ਫਰਜ਼ ਬਣਦਾ ਸੀ ਕੀ ਲੋਕਾਂ ਨੂੰ ਕੀ ਅਪੀਲ ਹੈ ਸੰਗਤਾਂ ਨੂੰ ਕੀ ਅਪੀਲ ਹੈ ਲੋਕਾਂ ਨੂੰ ਅਪੀਲ ਹੈ ਵੀ ਵੱਧ ਤੋਂ ਵੱਧ ਸਾਥ ਦਿਓ ਤੇ ਮੋਰਚੇ ਤੇ ਪਹੁੰਚ ਲਈ ਇੱਕ ਲਾਸਟ ਸਵਾਲ ਸਿੱਧੂ ਦੇ ਵਾਸਤੇ ਤੁਸੀਂ ਕਿਹਾ ਸੀ ਕਿ ਸਰਕਾਰਾਂ ਇਨਸਾਫ ਨਹੀਂ ਦੇ ਰਹੀਆਂ ਸਾਨੂੰ ਮੋਰਚਾ ਲਾਉਣਾ ਪੈ ਸਕਦਾ ਕਿਵੇਂ ਦੇਖਦੇ ਹੋ ਅੱਜ ਮੈਂ ਉਸ ਬਾਰੇ ਕੋਈ ਆਪਣੇ ਨਿੱਜੀ ਮਕਸਦ ਲਈ ਇੱਥੇ ਨਹੀਂ ਆਈ ਮੈਂ ਸਿੱਧੂ ਦੇ ਇਨਸਾਫ ਲਈ ਨਹੀਂ ਆਈ ਮੈਂ ਸਿਰਫ ਇਹਨਾਂ ਨੂੰ ਇਹਨਾਂ ਦੀ ਰਿਹਾਈ ਦੀ ਤਿਆਰੀ ਹੈ ਜੀ ਇਦਾਂ ਦੀ ਉਹ ਸਮਾਂ ਦੱਸੋ